ਮਾਸਟਰ ਕਾਡਰ ਦੀ ਤਿਆਰੀ ਕਰ ਰਹੇ ਸਾਰੇ ਵਿਦਿਆਰਥੀਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਸਹਿਤਿਕ ਜਾਣਕਾਰੀ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਹੀਰਾ ਸਿੰਘ ਦਰਦ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਵੀਡੀਓ ਨੂੰ ਧਿਆਨ ਨਾਲ ਐਂਡ ਤੱਕ ਦੇਖੋ ਤਾਂ ਕਿ ਤੁਹਾਡੇ ਪੇਪਰ ਦੀ ਪ੍ਰੋਪਰ ਤਿਆਰੀ ਹੋ ਸਕੇ ਹੀਰਾ ਸਿੰਘ ਦਰਦ ਇੱਕ ਪੰਜਾਬੀ ਪੱਤਰਕਾਰ ਤੇ ਲੇਖਕ ਸਨ ਤੇ ਉਹਨਾਂ ਨੇ ਛੋਟੀ ਉਮਰ ਵਿੱਚ ਹੀ ਦਰਦ ਤਖ਼ल्लुਸ, ਹੇਟ ਦੇਸ਼ ਭਗਤੀ ਅਤੇ ਧਾਰਮਿਕ ਰੰਗਤ ਦੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਸਨ ਕੇਂਦਰੀ ਪੰਜਾਬੀ ਲਿਖਾਰੀ ਸਭਾ ਦੇ ਉਸਰੀਏ ਵਜੋਂ ਵੀ ਉਹਨਾਂ ਦਾ ਨਾਮ ਹੈ ਜਿਹੜਾ ਪੰਜਾਬੀ ਸਾਹਿਤ ਦੇ ਜੋ ਸ਼ੀਲੇ ਉਦਮੀਆਂ ਵਿੱਚ ਸ਼ਾਮਿਲ ਹੈ 30 ਸਤੰਬਰ 1899 ਨੂੰ ਜਨਮ ਹੋਇਆ ਇਹਨਾਂ ਦਾ ਪਿੰਡ ਕਗਰੋਟ ਜ਼ਿਲ੍ਹਾ 라ਵਲਪਿੰਡੀ ਪੱਤਰਕਾਰ ਤੇ ਲੇਖਕ ਇਹਨਾਂ ਦਾ ਕਾਰਜ ਖੇਤਰ ਪਿਤਾ ਜੀ ਦਾ ਨਾਮ ਭਾਈ ਹਰੀ ਸਿੰਘ ਨਿਰੰਕਾਰੀ ਤੇ 1907 ਈਸਵੀ ਦੇ ਵਿੱਚ ਸਾਹਿਤਿਕ ਤੇ ਪੱਤਰਕਾਰੀ ਜੀਵਨ ਦੀ ਸ਼ੁਰੂਆਤ ਕੀਤੀ ਇਹਨਾਂ ਨੇ ਤੇ 1914 ਈਸਵੀ ਵਿੱਚ ਪਹਿਲਾ ਪੈਂਫਲੇਟ ਗੁਰਦੁਆਰਾ ਰਕਾਵਗੰਜ ਨਹੀਂ ਢੋਣਾ ਚਾਹੀਦਾ ਲਿਖਿਆ ਸਭ ਤੋਂ ਪਹਿਲਾ ਪੈਂਫਲੇਟ ਹੈ ਇਹ ਇਹਨਾਂ ਦਾ ਆਰੰਭ ਵਿੱਚ ਛਪੀਆਂ ਕਵਿਤਾਵਾਂ ਅਕਾਲੀ ਤੇ ਫੁਲਵਾੜੀ ਇਹ ਸਭ ਤੋਂ ਪਹਿਲਾਂ ਸ਼ੁਰੂਆਤ ਦੇ ਵਿੱਚ ਛਪੀਆਂ ਤੇ ਪਿੱਛੋਂ ਦਰਦੁ ਸੁਨੇਹੇ ਪੁਸਤਕ ਵਿੱਚ ਛਪਦੀਆਂ ਰਹੀਆਂ ਤੇ 1930 ਦੇ ਵਿੱਚ ਭਾਸ਼ਾ ਵਿਭਾਗ ਵੱਲੋਂ ਆਪ ਨੂੰ ਸਨਮਾਨ ਪੱਤਰ ਤੇ 1100 ਰੁਪਏ ਇਨਾਮ ਵਜੋਂ ਮਿਲੇ ਰਚਨਾਵਾਂ ਦੇਖੋ ਕਾਵ ਸੰਗ੍ਰਹਿ ਇਹਨਾਂ ਦੇ ਦਰਦੁ ਸੁਨੇਹੇ ਤਿੰਨ ਭਾਗਾਂ ਦੇ ਵਿੱਚ ਛਪੀ ਹੋਰ ਗੇਰੇ 1950 ਇਸਵੀ ਚ ਛਪੀ ਹੈ ਇਹ 94 ਦਰ ਦਸਨੇਹ 1954 ਚ ਪ੍ਰਕਾਸ਼ਿਤ ਹੋਈ ਤੇ ਕਹਾਣੀ ਸੰਗ੍ਰਹਿ ਦੇਖੋ ਇਹਨਾਂ ਦੇ ਪੰਜਾਬੀ ਸੱਦਰਾਂ ਕਿਸਾਨ ਦੀਆਂ ਆਹੀ ਤੇ ਆਸ ਦੀ ਤੰਦ ਸਫਰਨਾਮਾ ਜੀਵਨੀਆਂ ਤੇ ਯਾਦਾਂ ਬ੍ਰਿਜ ਭੂਮੀ ਤੇ ਮਲਾਇਆ ਦੀ ਯਾਤਰਾ 1958 ਦੇ ਵਿੱਚ ਸਫਰਨਾਮਾ ਜਿਹੜਾ ਇਹਨਾਂ ਦਾ ਪ੍ਰਕਾਸ਼ਿਤ ਹੋਇਆ ਭਾਰਤ ਦੇ ਬੰਦੀ ਛੋੜ ਨਵੀਨ ਭਾਰਤ ਦੇ ਰਾਜ ਦੀ ਆਗੂ ਜੀਵਨੀਆਂ ਲਿਖੀਆਂ ਗੀਆਂ ਇਹਨਾਂ ਦੀਆਂ 1952 ਇਸਵੀ ਦੇ ਵਿੱਚ ਗਾਂਧੀ ਜੀ ਦੀਆਂ ਸਿਮਰਤੀਆਂ ਤੇ ਮੇਰੀਆਂ ਕੁਝ ਇਤਿਹਾਸਿਕ ਯਾਦਾਂ 1955 ਦੇ ਵਿੱਚ ਪ੍ਰਕਾਸ਼ਿਤ ਹੋਈ ਇਹਨਾਂ ਦੀ ਇਹ ਬੁੱਕ ਫੁਟਕਲ ਦੇਖੋ ਅੱਗੇ ਪੰਜਾਬੀ ਸੂਬੇ ਦੀ ਸਮੱਸਿਆ ਪੰਥ ਧਰਮ ਤੇ ਰਾਜਨੀਤੀ ਸਿਧਾਂਤਕ ਹੈ 1950s ਪ੍ਰਕਾਸ਼ਿਤ ਹੋਈ ਹੈ ਗਦਰ ਪਾਰਟੀ ਦੀ ਸੰਖੇਪ ਕਹਾਣੀ ਸੋਸ਼ਲਿਜ਼ਮ ਕੀ ਹੈ ਤੇ ਫਾਜ਼ਿਜ਼ਮ ਕੀ ਹੈ ਆਪ ਦੀ ਕਵਿਤਾ ਵਿੱਚ ਅਥਾਹ ਜੋਸ਼ ਸੱਚ ਦੀ ਸ਼ਕਤੀ ਵਲਵਲਾ ਅਤੇ ਕਤੀਬਰ ਪ੍ਰੇਰਣਾ ਹੈ ਤੇ ਉਹ ਆਪਣੀ ਕਵਿਤਾ ਵਿੱਚ ਨਿੱਜੀ ਪੀੜਾਂ ਤੇ ਦਿਲੀ ਦਰਦ ਨੂੰ ਪ੍ਰਗਟ ਕਰਦੇ ਹਨ ਮੀਆਂਵਾਲੀ ਜੇਲ੍ਹ ਵਿੱਚ ਕੋਇਲੇ ਗੀਤ ਨਵਾ ਕੋਈਗਾ ਕਸ਼ਮੀਰ ਸ਼੍ਰੀ ਨੀਯਾ ਸ਼ਾਵਾਂ ਰਾਵੀ ਚਨਾਂ ਦੇ ਵੈਨ ਆਦੋਂ ਉਹਨਾਂ ਦੀਆਂ ਪ੍ਰਸਿੱਧ ਕਵਿਤਾਵਾਂ ਹਨ ਤੇ ਲੰਮੀ ਬਿਮਾਰੀ ਤੋਂ ਪਿੱਛੋਂ 22 ਜੂਨ 1965 ਨੂੰ ਜਲੰਧਰ ਵਿਖੇ ਆਪ ਅਕਾਲ ਚਲਾਣਾ ਕਰ ਗਏ ਤਾਂ ਇਹ ਸੀ ਹੀਰਾ ਸਿੰਘ ਦਰਜੀ ਬਾਰੇ ਪੂਰੀ ਪੂਰੀ ਜਾਣਕਾਰੀ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਉਹਨਾਂ ਦੀਆਂ ਸਾਰੀਆਂ ਰਚਨਾਵਾਂ ਕਾਵ ਸੰਗ੍ਰਹਿ ਕਹਾਣੀ ਸੰਗ੍ਰਹਿ ਸਫਰਨਾਮੇ ਜੀਵਨੀਆਂ ਯਾਦ ਕਰੋ ਤੇ ਕਿਹੜੇ-ਕਿਹੜੇ ਉਹਨਾਂ ਨੂੰ ਇਨਾਮ ਮਿਲੇ ਜਾਂ ਸਨਮਾਨ ਮਿਲੇ ਉਹਨਾਂ ਬਾਰੇ ਵੀ ਚੰਗੀ ਤਰ੍ਹਾਂ ਜਾਣਕਾਰੀ ਪ੍ਰਾਪਤ ਕਰੋ ਵੀਡੀਓ ਨੂੰ ਧਿਆਨ ਨਾਲ ਦੇਖ ਕੇ ਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ